ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ। ਮੈਨੂੰ ਹਾਸਾ ਆਉਂਦਾ ਸਾਡੇ ਕੌਮ ਦੇ ਜਥੇਦਾਰਾਂ ਤੇ ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਫੋਟੋਆਂ ਲਾ ਕੇ ਜੀ ਸਰਸੇ ਵਾਲੇ ਸਾਧ ਨੂੰ, ਕਈ ਤਾਂ ਉਹਨੂੰ ਸ਼੍ਰੋਮਣੀ ਅਕਾਲੀ ਦਲ ਵਾਲੇ ਬਾਪੂ ਵੀ ਕਹੀ ਜਾਂਦੇ ਸੀ, ਹਾਂਜੀ ਮਾਫ਼ ਕਰਕੇ ਜੀ, ਇੱਕ ਬੜਾ ਵੱਡਾ ਇਤਿਹਾਸਕ ਫੈਸਲਾ ਅਕਾਲ ਤਖ਼ਤ ਨੇ ਲਿਆ, ਅਕਾਲ ਦੀ ਤਖ਼ਤ ਤੋਂ ਉਹਨੂੰ ਮਾਫ਼ ਕਰਵਾ ਦਿੱਤਾ, ਪੈਸੇ ਵੀ, ਗੋਲਕ ਦੇ ਗੁਰੂ ਦੇ ਅਤੇ ਇਸ਼ਤਿਹਾਰ ਵੀ ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ, ਅਤੇ ਦੁਨਿਆਵੀ ਅਦਾਲਤ ਨੇ ਟੰਗ ਦਿੱਤਾ 31-31 ਲੱਖ, 31 ਲੱਖ ਦਾ ਨਾਲ ਇੱਕ ਜੁਰਮਾਨਾ ਠੋਕਿਆ, ਉਹਦੇ ਸਾਥੀਆਂ ਨੂੰ ਵੀ, ਅਤੇ ਉਮਰ ਕੈਦ ਇੱਕ ਹੋਰ ਹੋ ਗਈ। ਇਹ 'ਤੇ ਤੁਹਾਡਾ ਮੈਂ ਪ੍ਰਤੀਕਰਮ ਜ਼ਰੂਰ ਲੈਣਾ ਚਾਹਾਂਗਾ, ਕੀ ਕਹਿਣਾ ਚਾਹੋਗੇ? ਪ੍ਰਤੀਕਰਮ ਇਹ ਹੈ ਜੀ, ਮਾੜੇ ਕੰਮ ਦਾ ਮਾੜਾ ਨਤੀਜਾ। ਜਿਹੜੀ ਸਿਰਸਾ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਇੱਕ ਗੱਲ ਕਹੀ ਸੀ ਕਿ ਜਿੰਨਾ ਚਿਰ ਸਜ਼ਾ ਨਹੀਂ ਹੋਈ ਅਸੀਂ ਇਹਦੀ ਛਾਂ ਦੇ ਖਿਲਾਫ਼ ਨਹੀਂ ਬੋਲਦੇ, ਜਦੋਂ ਇਹਨੂੰ ਸਜ਼ਾ ਹੋ ਗਈ ਤੇ ਫਿਰ ਇਹਨੂੰ ਕਿਹਾ ਵਾਕਿਆ ਇਹ ਦੋਸ਼ੀ ਹੈ। ਤੀਸਰੇ ਕੇ ਸਜ਼ਾ ਆਈ, ਪਹਿਲੇ ਕੇਸ ਸਾਧਵੀਆਂ ਦੇ ਵਿੱਚ ਜਿਹੜੀ 25 ਅਗਸਤ 2017 ਨੂੰ ਸਜ਼ਾ ਹੁੰਦੀ ਆ, ਉਦੋਂ ਦੋਸ਼ੀ ਕਰਾਰ ਦਿੱਤਾ ਜਾਂਦਾ, ਸਜ਼ਾ ਬਸ ਆ ਜਾਂਦੀ। ਉਸ ਟਾਈਮ ਚ ਕੋਈ 2 ਲੱਖ ਕਹਿੰਦਾ, ਕੋਈ 3 ਲੱਖ ਕਹਿੰਦਾ, ਕੋਈ 1.5 ਲੱਖ ਕਹਿੰਦਾ, ਜਿਹੜੇ ਬੰਦੇ ਸੀ ਬਕਾਇਦਾ ਤੌਰ ਤੇ ਸੌਦਾ ਸਾਧ ਦੇ 5 ਗੁਣਾ ਇਕੱਠੇ, ਕਿਉਂਕਿ 2 ਅਦਾਲਤਾਂ ਨੇ, ਜਿਹੜੀ ਪੰਜਾਬ ਦੀ CBI ਅਦਾਲਤ ਆ ਉਹ ਮੋਹਾਲੀ ਚ, ਤੇ ਜਿਹੜੀ ਹਰਿਆਣੇ ਦੀ ਉਹ ਪੰਚਕੂਲੇ। ਉਸ ਟਾਈਮ ਦੇ ਉੱਤੇ ਜਿਹੜੀ ਇਹਨਾਂ ਗੁੰਡਾਗਰਦੀ ਕੀਤੀ ਸੀ ਉਹ ਸਭ ਨੂੰ ਪਤਾ, ਇੱਕ ਦਿਨ ਦੇ ਵਿੱਚ ਜਿਹੜਾ ਸੀ 42 ਬੰਦੇ ਮਰ ਗਏ ਸੀ, 42 ਜਿਹਦੇ ਵਿੱਚ ਦੇਖਿਆ 27 ਬੰਦੇ ਤੇ ਪੰਚਕੂਲਾ ਜਿਹੜੇ ਮਰੇ ਸੀ, 15 ਬੰਦੇ ਸਰਸੇ ਚ ਮਰੇ। ਇੰਨੇ ਬੰਦੇ ਮਰਦੇ ਬਾਵਜੂਦ ਇੰਨੀ ਬਦਤਮੀਜੀ ਨਾਲ ਉੱਥੋਂ ਦਾ SSP ਮੁੱਖ ਮੰਤਰੀ ਕਹਿੰਦਾ, ਨਹੀਂ ਨਹੀਂ ਇਹ ਤੇ ਬੰਦੇ ਬੜੇ ਸ਼ਰੀਫ ਨੇ, ਇਹ ਤੇ ਕੋਈ ਸ਼ਰਾਰਤੀ ਅੰਸਰ ਆਏ ਸੀ, ਉਹਨੇ ਗੜਬੜ ਕੀਤੀ, ਪੁਲਿਸ ਦੀਆਂ ਗੱਡੀਆਂ ਖਾਲ ਸਾੜਤੀਆਂ, ਸਾਡੇ ਪੱਤਰਕਾਰਾਂ ਦੀ ਉਹਦੀ ਵੈਨਾਂ ਸਾੜਤੀਆਂ, ਕਿਹੜਾ ਕੰਮ ਕਿਸਨੇ ਕੀਤਾ ਇਹਨਾਂ? ਬਿਲਕੁਲ ਬਿਲਕੁਲ। ਹੁਣ ਉਸ ਤੋਂ ਬਾਅਦ ਮੁੜ ਕੇ ਛਤਰਪਤੀ ਉਹ ਵਿਅਕਤੀ ਸੀ ਜਿਸ ਵਿਅਕਤੀ ਨੇ ਜਿਹੜਾ ਸੀ ਸੱਪ ਦੀ ਸੱਪ ਜੰਗਲ ਦੇ ਵਿੱਚ ਰਹਿ ਕੇ ਸ਼ੇਰ ਨੇ ਫੜ ਲਿਆ ਸੀ, ਔਰ ਉਹਨੇ ਉਹ ਸਾਧਵੀ ਨੇ ਚਿੱਠੀਆਂ ਛਾਪੀਆਂ ਸੀ ਜਿਹੜੀਆਂ ਸਾਧਵੀ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ, ਚੀਫ ਜਸਟਿਸ ਆਫ ਸੁਪਰੀਮ ਕੋਰਟ ਨੂੰ ਲਿਖੇ। ਪਰ ਅਫਸੋਸ ਕਿ ਇੰਨੀਆਂ ਸੀਰੀਅਸ ਚਿੱਠੀਆਂ ਲਿਖਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ। ਉਸ ਕੇਸ ਦੇ ਵਿੱਚ ਛਤਰਪਤੀ ਜੀ ਨੇ ਰਿਸਕ ਲਿਆ, ਆਪਣਾ ਇੱਕ ਵੀਕਲੀ ਅਖਬਾਰ ਕੱਢਣਾ ਜਿਸ ਵਿੱਚ ਚਿੱਠੀਆਂ ਛਾਪੀਆਂ, ਪਹਿਲੀ ਚਿੱਠੀ ਦੇ ਉੱਤੇ ਧਮਕੀ ਆਈ, ਦੂਜੀ ਤੇ ਲਾਲਚ, ਤੀਜੀ ਤੇ ਗੋਲੀ, ਮੁੜ ਕੇ ਉਹ ਪੰਜਾਬੀ ਟ੍ਰਿਬਿਊਨਲ ਛਾਪੀ ਸੀ, ਨਵੇਂ ਜਮਾਨੇ ਨੂੰ ਛਾਪੀ ਸੀ, ਧਮਕੀ ਉਹਨਾਂ ਨੂੰ ਵੀ ਆਈਆਂ ਸੀ, ਸਾਨੂੰ ਵੀ ਆਈਆਂ, ਇਹ ਪੜ੍ਹ ਕੇ ਸੁਣਾਈ, ਸਾਨੂੰ ਵੀ ਆਈਆਂ, ਸਾਨੂੰ ਧਮਕੀਆਂ, ਸਾਨੂੰ ਵੀ ਧਮਕੀਆਂ ਆਈਆਂ ਸਾਡੀਆਂ, ਕਿਉਂਕਿ ਉਦੋਂ ਮੈਂ ਪੜ੍ਹ ਕੇ ਸੁਣਾਈ, ਜਿਵੇਂ ਮੈਂ ਹੁਣ ਆਰਟੀਕਲ ਪੜ੍ਹ ਕੇ ਸੁਣਾਇਆ ਉਦੋਂ ਵੀ ਇਹ ਪੜ੍ਹ ਕੇ ਸੁਣਾਈ ਸੀਗੀ, ਅਤੇ ਬੜੀਆਂ ਧਮਕੀਆਂ। ਖੈਰ ਚਲੋ, ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਫਾਈਨੈਂਸ਼ਲੀ ਉਹਨਾਂ ਨੇ ਸਾਡਾ ਨੁਕਸਾਨ ਕਾਫੀ ਕੀਤਾ ਹੋ ਸਕਦਾ, ਪਰ ਧਮਕੀਆਂ ਜ਼ਰੂਰ ਆਈਆਂ ਸੀ। ਹੈਰਾਨੀ ਵੇ ਜੀ, ਚਲੋ ਐਨੀ ਹੋਊ, ਵੇਖੋ ਕਿੱਡੀ ਵੱਡੀ ਗੱਲ ਵੀ 15 ਅਗਸਤ 2017 ਨੂੰ ਹਰਿਆਣੇ ਦਾ ਇੱਕ ਮੰਤਰੀ ਜਾ ਕੇ ਉਹਦੇ ਪੈਰਾਂ 'ਚ 51 ਲੱਖ ਦਾ ਚੈੱਕ ਰੱਖ ਕੇ ਮੱਥਾ ਟੇਕਦਾ, ਬਾਬਾ ਜੀ ਤੁਹਾਡਾ ਜਨਮ ਦਿਨ ਮੁਬਾਰਕ ਹੋ ਗਿਆ। ਹਾਂ ਇੱਥੇ ਰੱਖ, ਹਾਲੀ ਕੋ ਉਧਰ ਦਾ ਜਨਮ ਦਿਨ ਕੋਈ ਨੀ ਸੀਗਾ, ਫੱਕੀ ਸੀ ਜਨਮ ਦਿਨ ਸੀਗਾ, ਤੇ ਪੂਰੇ 10 ਦਿਨ ਬਾਅਦ ਉਸ ਬਾਬੇ ਨੂੰ ਸਜ਼ਾ ਹੁੰਦੀ ਹੈ, ਤੇ ਫਿਰ ਉਹ 51 ਲੱਖ ਦਾ ਚੈੱਕ ਵਾਪਸ ਲੈ ਲੈ। ਇੱਥੇ ਰੱਖ, ਹੁਣ ਬਾਬੇ ਨੂੰ ਯਾਦ ਸੀਗੀ, ਬਾਬੇ ਨੇ ਆਪਣੇ ਵਕੀਲ ਦੇ ਰਹੀ ਬੜਾ ਕੁਛ ਕੀਤਾ, ਦੋਸ਼ੀ ਤੁਸੀਂ ਮੈਨੂੰ ਕਰਾਰ ਦਿੱਤਾ, ਮੇਰਾ ਰੈਦ ਕੀਤੀ ਜਾਵੇ, 100 ਕੰਮਾਂ ਦੀ ਬਕਾਇਦ ਤੌਰ ਤੇ ਵੀ ਮੈਂ ਚੰਗੇ ਕੰਮ ਵੀ ਕੀਤੇ, ਮੇਰੇ ਮਾੜੇ ਨਾ ਵੇਖੋ, ਮਾੜੇ ਨਾ ਵੇਖੋ, ਇਹ ਗੱਲ ਉਹ ਰੱਖ ਲਈ ਸੀ ਜੱਜ ਨੇ ਆਪਣੇ ਕੋਲੇ, ਕੋਈ ਗੱਲ ਨੀ ਜੀ, ਵੇਖਾਂਗੇ। ਲੇਕਿਨ ਜੋ ਸਦਾ ਬਣਦੀ ਸੀ ਉਸ ਕੇਸ ਦੇ ਵਿੱਚ, ਰਣਜੀਤ ਹੱਤਿਆਕਾਂਡ ਦੇ ਵਿੱਚ ਜਿਹੜਾ ਇਹਦਾ ਮੈਨੇਜਰ ਸੀਗਾ, ਉਹਨੂੰ ਸ਼ੱਕ ਦੇ ਵਿੱਚ ਆ ਕੇ ਵੀ ਇਹਨੇ ਜਿਹੜੀ ਚਿੱਠੀ ਲਿਖੀ ਹੈ ਸਾਧਵੀ ਨੇ, ਇਹਨੇ ਆਪਣੀ ਭੈਣ ਕੋਲ ਲਿਖਵਾ ਕੇ ਪਾਈ ਹੈ, ਉਹਦੇ ਸ਼ੱਕ।
ਇਹਨਾਂ ਕਾਲਰ ਨੇ ਪਟੀ ਸਾਹਿਬ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਵੈਲਕਮ ਜੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਤੇ ਚਾਵਲਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਇੱਕ ਸਿੱਟ ਹੋਰ ਬਣੀ ਹੈ ਪਰਸੋਂ ਕੱਲ ਪਰਸੋਂ ਤੁਹਾਨੂੰ ਪਤਾ ਵੀ 45-46 ਮੈਂਬਰ ਸੀ ਇਹਨਾਂ ਜਿਹੜੀ ਸੱਚੇ ਸੌਦੇ ਵਾਲੇ ਦੇ ਉਹਦੀ ਸੀ ਜਿਹੜੀ ਐਗਜੈਕਟਿਵ ਬੋਡੀ ਸੀ ਉਹ ਚ ਤਿੰਨ ਬੰਦੇ ਫਰਾਰ ਨੇ 15 ਸਾਲ ਹੋ ਗਏ ਨਾ ਸੋਰੀ 15 ਦਾ ਹੁਣ ਤੱਕ ਗੁੰਮ ਨੇ ਉਹਨਾਂ ਆਕਾਸ਼ ਚਲੇ ਗਏ ਨੇ ਪਤਾਲ ਚਲੇ ਗਏ ਨੇ ਕਿੱਧਰ ਹਵਾ ਉੱਡ ਗਏ ਨੇ ਹੁਣ ਸੈੱਟ ਬਣਾਉਂਦੇ ਫਿਰ ਅੱਖਾਂ ਨੀ ਪਾਉਂਦੇ ਪਏ ਘੱਟਾ ਏ ਜੀ ਇਹਦੇ ਬਾਰੇ ਦੱਸੋ ਮਿਹਰਬਾਨੀ ਵਿਰਕ ਸਾਹਿਬ ਉਹਦੇ ਵਿੱਚ ਉਹਨਾਂ ਕਹਿਤਾ ਵੀ ਇਹ ਬੰਦੇ ਨਹੀਂ ਲੱਭ ਰਹੇ ਤੇ ਇਹਨਾਂ ਦੀ ਜਾਇਦਾਦ ਕੁਝ ਕੁਰਕ ਕੀਤੀ ਜਾ ਰਹੀ ਤੇ ਜਦੋਂ ਜਾਇਦਾਦ ਲੱਭਣ ਗਏ ਜਾਇਦਾਦ ਵੀ ਨੀ ਲੱਭੀ ਉਹਨਾਂ ਨੂੰ ਤੇ ਮੈਂ ਸੋਚਿਆ ਵੀ ਪੀੜਤ ਪਰਿਵਾਰ ਦੀ ਸਿੱਟ ਬਣਾ ਦੋ ਤੁਹਾਨੂੰ ਜਾਇਦਾਦ ਵੀ ਲੱਭ ਤੇ ਬੰਦੇ ਵੀ ਲੱਭ ਬਿਲਕੁਲ ਇਹ ਡਰਾਮੇ ਬਾਜੀਆਂ ਜੀ ਮਹਾਰਾਜ ਵਿਰਕ ਸਾਹਿਬ ਗੱਲ ਆ ਵੀ ਹੁਣ ਤੱਕ ਜਿਹੜੀ ਆ ਤੇ ਮੇਰੇ ਖਿਆਲ ਵੀ ਤਿੰਨ ਕਮਿਸ਼ਨ ਬਣ ਚੁੱਕੇ ਆ ਤੇ ਸਿੱਟਾਂ ਦਾ ਪਤਾ ਨੀ ਕਿੰਨੀਆਂ ਕੁ ਬਣ ਚੁੱਕੀ ਤੇ ਦਸ ਕਿੰਨੀਆਂ ਕੁ ਬਣਨੀਆਂ ਕਿੰਨੇ ਕੁ ਤੱਪੜ ਰੁੱਲ ਰਹੇ ਆ ਜਿਹੜੇ ਸਾਡੇ ਵੀਰ ਨੀਲੀਆਂ ਪੱਗਾਂ ਵਾਲੇ ਨੇ ਉਹ ਸਿਰਫ ਇਹ ਕਹਿੰਦੇ ਵੀ ਕਾਂਗਰਸ ਜਿਹੜੀ ਆ ਸਿੱਖਾਂ ਦੀ ਇੱਕ ਨੰਬਰ ਦੁਸ਼ਮ ਜਮਾਤ ਆ ਜਿਹਨਾਂ ਕਾਲ ਤਖ਼ਤ ਆਇਆ ਹੁਣ ਕਾਂਗਰਸ ਨੂੰ ਮੌਕਾ ਮਿਲ ਗਿਆ ਉਹ ਕਹਿਣਗੇ ਨਾ ਵੇਦ ਵੀ ਕਰਾਈ ਗੁਰੂ ਦੀ ਵੇਦ ਵੀ ਕਰਾਈ ਜਿਹਨੂੰ ਸਾਰੇ ਜੀ ਨਮਸਕਾਰ ਕਰਦੇ ਜਿਹਦੇ ਸਾਰੇ ਜੀ ਤੁਰੇ ਬਿਲਕੁਲ ਬਿਲਕੁਲ ਹਾਲ ਆ ਰਿਹਾ ਜੀ ਪੂਰਾ ਉਹ ਉਸ ਚੀਜ਼ ਦਾ ਪੂਰਾ ਲਾਹਾ ਇੱਕ ਸਿੱਟ ਦੀ ਗੱਲ ਕਰਦੇ ਸਿੱਟਾਂ ਕਈ ਆ ਬਣ ਕਈ ਸਿੱਟਾਂ ਬਣੀਆਂ ਬੜਾ ਕੁਛ ਹੋਣਾ ਤੇ ਚਿੰਤਾ ਨਗਰ ਵੇਖੀ ਉਹ ਤੁਸੀਂ ਬਣਦਾ ਕੀ ਇਹ ਮਾਮਲੇ ਨੂੰ ਠੰਡੇ ਬਸਤੇ ਦੇ ਪਾਉਣਾ ਵੇ ਸਿੱਟ ਬਣਾ ਦੋ ਪ੍ਰਗਿਆ ਠਾਕਰ ਨੇ ਫਿਰ ਇੱਕ ਵਾਰੀ ਜਿਹੜੀ ਆਪਣਾ ਉਹਦਾ ਰੁਟੀਨ ਹੈ ਜ਼ਹਿਰ ਉਹ ਗੱਲਾਂ ਜਾਰੀ ਰੱਖਦਿਆਂ ਇੱਕ ਹੋਰ ਬਿਆਨ ਦਿੱਤਾ ਕਾਂਗਰਸੀਆਂ ਤੇ ਗਦਾਰਾਂ ਲਈ ਦੇਸ਼ ਵਿੱਚ ਕੋਈ ਥਾਂ ਨਹੀਂ ਹੁਣ ਗਦਾਰ ਦੀ ਪਰਿਭਾਸ਼ਾ ਪ੍ਰਗਿਆ ਠਾਕਰ ਕੋ ਪੁੱਛਣੀ ਚਾਹੀਦੀ ਵੀ ਕਿਹੜੀ ਆ ਕਿਸ ਤਰੀਕੇ ਕਿਹਨੂੰ ਗਦਾਰ ਸਮਝਦੇ ਹੋ ਤੁਸੀਂ ਦੇਸ਼ ਦਾ ਧਨ ਦੌਲਤ ਲੁੱਟ ਕੇ ਲੁਟਾਉਣ ਵਾਲੇ ਜਾਂ ਧਨ ਦੌਲਤ ਲੈ ਕੇ ਫਰਾਰ ਹੋਣ ਵਾਲੇ ਜਾਂ ਦੇਸ਼ ਨੂੰ ਵੇਚਣ ਵਾਲੇ ਜਾਂ ਦੇਸ਼ ਦੇ ਵਿੱਚ ਸੰਵਿਧਾਨ 'ਚ ਰਹਿ ਕੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੇ ਕਿਹੜੇ ਨੇ ਇਹਦੀ ਇਹ ਗਦਾਰਾਂ ਦੀ ਲਿਸਟ ਜਿਹੜੀ ਆ ਨਾ ਉਹ ਫਿਰ ਕੱਢੀ ਜਾਵੇ ਤਾਂ ਬੜੀ ਔਖੀ ਹੈ ਕਾਂਗਰਸੀਆਂ ਤੇ ਗਦਾਰਾਂ ਲਈ ਦੇਸ਼ ਵਿੱਚ ਕੋਈ ਥਾਂ ਨਹੀਂ ਪ੍ਰਗਿਆ ਠਾਕੁਰ ਕੀ ਕਹਿਣਾ ਚਾਹੋਗੇ ਚਾਵਲਾ ਸਾਹਿਬ ਦਿੱਲੀ ਦੇ ਵਿੱਚ ਘਰਾਂ ਤੋਂ ਕੱਢ ਕੇ ਸਿੱਖ ਮਾਰੇ ਜਾਣ ਵੋਟਰ ਲਿਸਟ ਲੈ ਕੇ ਮਾਰੇ ਜਾਣ ਉਹ ਮਾਰਨ ਵਾਲੇ ਲੋਕੀ ਅੱਤਵਾਦੀ ਨਾ ਬਣੇ ਨਾ ਬਣੇ ਹਾਂ ਬਿਲਕੁਲ ਉਦੋਂ ਭਾਵਨਾਵਾਂ ਬਣੀਆਂ ਹੱਟ ਹੁੰਦੀਆਂ ਜੇ ਕਹਿ ਦੋ ਕਿ ਜੇ ਸਿੱਖ ਖਾਲਿਸਤਾਨੀ ਤੇ ਸਾਰੇ ਸਿੱਖ ਖਾਲਿਸਤਾਨੀ ਜੇ ਸਿੱਖ ਆਤੰਕਵਾਦੀ ਤੇ ਸਾਰੇ ਆਤੰਕਵਾਦੀ ਤੇ ਜੇ ਕਿਸੇ ਮੈਜੋਰਿਟੀ ਵਾਲੇ ਨੂੰ ਕਹਿ ਦੋ ਤਾਂ ਫਿਰ ਜੀ ਗਿੱਟੇ ਗੋਡੇ ਲੱਗਦੀਆਂ ਨੇ ਕਿਆ ਬਾਤ ਫਿਰ ਤੇ ਦੇਸ਼ ਦੇ ਗਦਾਰ ਹੋ ਗਏ ਉਹ ਇਹਨਾਂ ਨੂੰ ਨਾ ਕਹੋ ਤੁਸੀਂ ਜੇ ਕਿਤੇ ਸਾਡੇ ਸਿੱਖ ਵੀਰ ਸਿਰਫ ਜਿਹੜੀ ਕਿ ਸਾਨੂੰ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਕੇਸਕਾਂਡ ਦੇ ਕੇਸ ਦੇ ਵਿੱਚ ਜਿਹੜੀ ਇਜਾਜ਼ਤ ਦਿੱਤੀ ਆ ਜੀ ਜੀ ਉਹਨੇ ਕਿਹਾ ਸਿੱਖ ਜਾਂ ਕੋਈ ਵੀ ਬੰਦਾ ਆਪਣੀ ਜਿਹੜੀ ਆ ਉਹ ਆਪਣੇ ਵੱਖਰੇ ਰਾਜ ਦੀ ਮੰਗ ਕਰ ਸਕਦਾ ਵਾ ਸ਼ਾਤਮੀ ਤਰੀਕੇ ਨਾਲ ਜੇ ਸਿੱਖ ਕਿਤੇ ਖਾਲਿਸਤਾਨ ਦਾ ਨਾਰਾ ਲਾ ਦੇਣ ਤੇ ਉਹ ਗਦਾਰ ਵੀ ਨੇ ਉਹ ਦੇਸ਼ ਧਰੋਹੀ ਨੇ ਉਹ ਦੇਸ਼ ਵਿਰੋਧੀ ਵੀ ਨੇ ਕਈ ਲੱਖ ਲਾ ਦੇਣੇ ਆ ਲੇਕਿਨ ਸਾਧ ਵੀ ਇਹ ਸਾਨੂੰ ਦੱਸੀ ਵੀ ਜਿਹੜਾ 1 ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੇ ਮਨ ਸੀ ਉਹ ਬੰਦੇ ਕੌਣ ਸਨ ਅੱਤਵਾਦੀ ਸੀ ਵੱਖਵਾਦੀ ਸੀ ਜਾਂ ਫਿਰ ਗਦਾਰ ਉਹ ਦੇਸ਼ ਭਗਤ ਨੇ ਜੀ ਸਿੱਖਾਂ ਨੂੰ ਮਾਰਨ ਵਾਲੇ ਦੇਸ਼ ਭਗਤ ਜੇ ਇੱਕ ਸਿੱਖ ਨੇ ਨਾਰਾ ਲਾ ਦਿੱਤਾ ਤੇ ਉਹ ਅੱਤਵਾਦੀ ਤੇ ਅੱਤਵਾਦੀ ਜੇ ਇੱਕ ਮੁਸਲਮਾਨ ਨੇ ਗੱਲ ਕਹਿ ਦਿੱਤੀ ਆ ਪਾਕਿਸਤਾਨ ਜਿੰਦਾਬਾਦ ਤੇ ਉਹ ਕਹਿੰਦੇ ਪਾਕਿਸਤਾਨੀ ਇਹਨੂੰ ਭਜਾਓ ਇੱਥੋਂ ਅੱਤਵਾਦੀ ਵੱਖਵਾਦੀ ਨੇ ਉਹ ਕਿਉਂ ਕਹਿੰਦੇ ਆ ਤੁਹਾਡੇ ਤੋਂ ਜਿਹੜੇ ਧੱਕੇ ਕਹਿੰਦੇ ਆ ਜੇ ਜੋ ਤੁਸੀਂ ਵਿਹਾਰ ਕਰਦੇ ਹੋ ਗੁਰੂ ਗ੍ਰਾਮ ਦੇ ਵਿੱਚ ਬਕਾਇਦਾ ਤੌਰ ਤੇ ਪ੍ਰਸ਼ਾਸਨ ਨੇ ਕਿਹਾ ਭਾਈ ਤੁਸੀਂ ਇੱਥੇ ਆਪਣੀ ਨਿਜ਼ਾਮ ਨਮਾਜ਼ ਪੜ੍ਹ ਸਕਦੇ ਹੋ ਖੁੱਲੀ ਜਗ੍ਹਾ ਦੇ ਉੱਤੇ ਤੇ ਤੁਸੀਂ ਜਾ ਕੇ ਲਾਊਡ ਸਪੀਕਰ ਲਾ ਤੇ ਉੱਚੀ ਉੱਚੀ ਆਪਣੇ ਕਿੰਨੀ ਪੜ੍ਹ ਮਿਲੀ ਤੁਹਾਨੂੰ ਇੱਥੇ ਅਸੀਂ ਜਿਹੜਾ ਬੰਦਾ ਫੜ ਕੇ ਪੁਲਿਸ ਦੇ ਅੰਦਰ ਕੀਤਾ ਉਹ ਅਗਲੇ ਦਿਨ ਜਬਾਨਤ ਕਰਕੇ ਫਿਰ ਉੱਥੇ ਆ ਗਿਆ ਇੱਥੇ ਅੱਤਵਾਦੀ ਕੌਣ ਹੈ ਫਿਰ ਗਦਾਰ ਕੌਣ ਸਾਧੀ ਪ੍ਰਗਿਆ ਜੀ ਜਦੋਂ ਤੁਸੀਂ ਬੋਲਦੇ ਹੋ ਨਾ ਆਉਂਦੇ ਹੁੰਦੇ ਵੀ ਮੁਰਦਾ ਬੁੱਧ ਤੇ ਖੱਫੜ ਬਣ ਖੱਫੜ ਹੀ ਪਾੜਦੇ ਜੀ ਜੀ ਕਿਹੜੇ ਕਾਂਗਰਸੀ ਗਦਾਰ ਨੇ ਕੌਣ ਗਦਾਰ ਨੇ ਜੇ ਇੱਕ ਤੇ ਉੱਥੋਂ ਦੇ ਆਪਣੇ ਹੱਕ ਦੀ ਮੰਗ ਕਰ ਲਈ ਕਿਸੇ ਵਿਧਾਇਕ ਨੇ ਉਹ ਗਦਾਰ ਕਿੱਥੋਂ ਹੋ ਗਿਆ
अपना हक मंग देना वा उन्हू गदार तुसी कहंदे हो नथू राम गौडसे जिहड़ा महात्मा कहंदे कातल तुसी कहंदे हो देश भगत ते जिहड़ा पंडित महात्मा गांधी उन्हू गदार लखदे हो तुसी गल जिहड़ी तिन्हां दी पॉलिसी आ जी साफ करन महात्मा गांधी बोलना देश का बस जी महात्मा गांधी इन्होंने वेखो अगले दिन जी जी सभा तो उठा देनी मोटरसाइकिल स्कूटर कित्थों फड़िया जांदा जाके खैर एनीवे पर सर दो तीन सवाल दो सवाल ने मिनट पांच ने एक सिंघू बार्डर ते जो निहंग सिंघां दे कतल केस विज दे हुण तक चार निहंग गिरफ्तार हुए ने उन्हां दा तर्क है कि चूंकार आज हमा हील ते दरगुजश्त हलाल अस्त वर्दुन बाज शमशीर दस्त वह कहिंदे ने कि साडे रहबर दी साडे ग्रंथ दी तोहीन हुण बर्दाश्त नहीं करांगे सरकारां तों सानूं जिहड़े फैसले दी उम्मीद नहीं है असीं फैसले हुण आप लवांगे बाकी हुण सावधान होके आयो ये उन्हां दे स्पष्ट बयान आ चुके ने गिरफ्तारियां हुईयां ने वक् वक् तरह दियां जिहड़ियां ने चर्चावां छिड़ियां ने लंबा समां ला चाहीदा वैसे तुहानूं दो क मिंट दे विच क्योंकि जिहड़ी श्रोमणी गुरद्वारा प्रबंधक कमेटी दे बारे एक सवाल है कि प्रिंटिंग प्रैस कैनेडा दे विच टीम पहुंची हुई है मैं तो छोटे लभ जाऊंगा मैं चाहुंदा सीगा कि संगतां नूं निहंग शब्द दी परिभाषा सांझी करदा पर अपने किस्मां लगदा अज रात नूं कर लांगे पट्टी साहब जिन्ना चिर कहो रात नूं निहंग सिंघ पूरी पूरी इहनूं स्किप कर दो चलो फिर पता लगा नहीं फिर ठीक है फिर चुप फिर इह छोटा सवाल कर लैंदे आं वेखो निहंग सिंघां ने जो कीता उहनां अपने मुताबिक ठीक कीता उह ठीक ठहरा के कहिंदे सी कीता मुकरदे नहीं हो जी शब्द मतलब मुकरे नहीं हो उन्हें क्या किया एक ने शरीयत पुलिस ने क्या एक ने कहता जी मैं गोटवटे एक ने मैं लत वटी लेकिन सवाल है पैदा होता जे बाकी वीडियो तेरे को है तो जब उन्हें बेद भी की वो वीडियो कोई नहीं है जी वीडियो पहला तुझे कहते हो सरबलो ग्रंथ दी बुड़के गुड़के दी और तुझे गुरु ग्रंथ सर कही जाने चलो वो भी गल छड़ देने गलत है चावला साहब ठीक एक पट्टी साहब लंबा समा थोड़े नाल गल करके बड़ा मजा आता है एक वीडियो चार कतल तो हफ्ता खंड पहला दी है आई सी माड़ी जी कि साढ़े क्योंकि गुरु घर का बेअदबी करने वाला दुखी साढ़े कब्जे दे विच है एक खबर आई सी सोशल नैटवर्क मीडिया से घूमी सी फेसबुक से फेसटाइम से किसी सज्जन को हो जरूर कित गांह दियां नंगां नंग जांदियां ने एक सैकंड के किन्नियां अपलोड होंदियां ने है ना उन्हूं एक घटना ना भी कई जोड़ के वेखते हैं कि बंदा तो पहला ही इन्हां दे कोल सीगा शायद हो सकदा पॉसिबिलिटी है बंदा इन्होंने कोल सीगा लेकिन वो बंदा जिदा हाथ वड्या गुट वड्या वो कहंदा बाबा जी मैं कोई बेदबी नहीं कीती मैं नहीं कीती मरदा होया बंदा कदी भी नहीं कीता कसूर दस दो की आ फिर एक कहता जी मेरा कसूर नहीं दसना मैं गाटा ला दियो मैनूं तरसा तरसा के क्यों मार दियो तीन गल्लां जिहड़ियां कीतियां गूंजदियां सब तो वड्डी गल चावला साहब चलो निहंग चार फड़े गए उन्हें अपना जुर्म कबूल कर लिया नंगा ने कहता सपाई जी ने कट करेंगे वड्डा असी इत्थे करो कोई गल तुहानूं कोई मना नहीं करता बकायदा तौर पर जिहड़ी किसान जथेबंदी उन्हें कहता वी साडा ना शुरू तों ही नाल के नाता सदा कोई नहीं इन्हां नाल बाबे बलबीर सिंह नूं कहा अपनी छोली पिछे लै जाओ ये शहीद मिचल श्रोमणी पंथ अकाली तुरना दल दे बंदे सीगे चलो खैर कोई गल नहीं सारी गल्लां माफ जदों ओ बंदे दी लाश पिंड दे विच गई कहिंदे ते तुहानूं संस्कार नहीं करना चावला साहब साडे गुरु दे संकल्प दे खिलाफ सी गल जिहड़ा मर गया बंदा खत्म हो गया ते पल्ले की रह गए जी 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 बकायदा तौर ते गुरु साहब ने अपने तीरां दे उत्ते इक तोला सोना लाया हुंदा सी भाई जिहड़ा बंदा तीर वज्जूगा जे फट लूगी ते लाज करा लू जे फटण नहीं मर जूगा ते इह अपना संस्कार कर लू इक तोले दा खालस साढ़े 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 गुरु साहब के संकल्प के मुताबिक लेकिन असि कहता तो संस्कार नहीं करना फिर बन नहीं चढ़ा असि लेकिन पुरुष ने जब भी संस्कार नहीं किया सब कुछ किया उ असि कहते दुनिया तो बंदा चले गया ना भावे माड़ा सी चंगा सी मैं तुम्हें एक छोटी जी एग्जाम्पल टाइम रख देना जो कारगिल की लड़ाई हुई ना जी कारगिल की लड़ाई होगी कि शेर खान का एक अफसर सी पाकिस्तान का कैप्टन सी
ਉਹ ਭੋ ਭੋ ਕੇ ਬੰਦੇ ਨੂੰ ਲੈ ਕੇ ਆਉਂਦਾ ਆਪਣੇ ਉਹ ਮਿਲਾ ਕੋ ਚਲੋ ਮਿਲਾ ਕਰੋ ਕਿਲੋ ਚਲੋ ਆਓ ਅਖੀਰ ਦਿੱਤੇ ਮਾਰਿਆ ਗਿਆ ਜਦੋਂ ਮਾਰਿਆ ਗਿਆ ਤੇ ਉਹਦੀ ਲਾਸ਼ ਜਿਹੜੀ ਸਾਡੇ ਫੁੱਜੇ ਕੋਲ ਆ ਉਹਦੀ ਜੇਬ ਚ ਸਾਡੇ ਕਮੀਜ਼ ਤੇ ਚਿੱਠੀ ਕੱਢੀ ਚਿੱਠੀ ਤੇ ਉਹਦੀ ਬਾਈ ਤੋਂ ਲਿਖੀ ਜਾਂਦੀ ਵੀ ਤੂੰ ਜੰਗ ਜਿੱਤ ਕੇ ਮੁੜਨਾ ਵਾ ਮੈਨੂੰ ਤੇ ਤੂੰ ਆਸ ਜੰਗ ਜਿੱਤ ਕੇ ਆਏਗਾ ਲੇਕਿਨ ਜਿਹੜਾ ਸਾਡਾ ਉਹ ਮੁੜ ਕੇ ਪਹਿਲਾਂ ਲਾਸ਼ ਮੰਗਦੇ ਸੀ ਮੁੜ ਕੇ ਲਾਸ਼ ਮੰਗ ਲਈ ਲਾਸ਼ ਦੇ ਵਾਸਤੇ ਉਹਦੀ ਸਤਿਕਾਰ ਨਾਲ ਲਾਸ਼ ਦਿੱਤੀ ਤੇ ਨਾਲ ਸਾਡੇ ਮੇਜਰ ਨੇ ਬਕਾਇਦਾ ਤੌਰ ਤੇ ਉਹਦੀ ਜੇਬ ਚ ਇੱਕ ਲੈਟਰ ਲਿਖ ਕੇ ਪਾਇਆ ਉਹ ਲੈਟਰ ਕੀ ਸੀਗਾ ਉਹਨੇ ਕਿਹਾ ਵੀ ਜਿੰਨੀ ਬਹਾਦਰੀ ਦਾ ਇਹ ਬੰਦਾ ਲੜਿਆ ਵਾ ਜਿੱਦਾਂ ਕੇਅਰ ਕਰਕੇ ਆਪਣੇ ਫੌਜੀ ਨੂੰ ਵਾਪਸ ਲਿਆਉਂਦੇ ਵੀ ਲੜਨਾ ਆਪਾਂ ਮਰਨਾ ਆਪਾਂ ਦੇਸ਼ੀ ਗੱਤਰ ਵਾਲਾ ਆਪਾਂ ਇਹ ਜਿਹੜਾ ਪਾਕਿਸਤਾਨ ਦਾ ਸਭ ਤੋਂ ਵੱਡੇ ਜਿਹੜਾ ਆਵਾਜ਼ ਆ ਨਾ ਉਹਦਾ ਹੱਕਦਾਰ ਆ ਜੀ ਜੀ ਉਸ ਚਿੱਠੀ ਦੇ ਬਿਹਾਫ ਤੇ ਉਹਨੂੰ ਨਿਸ਼ਾਨੇ ਹੈਦਰ ਸਭ ਤੋਂ ਵੱਡਾ ਅਵਾਰਡ ਮਿਲਿਆ ਜੀ ਮਤਲਬ ਉਹ ਵਿਦੇਸ਼ੀ ਕੋਈ ਕਹਿੰਦੀ ਸੀਗਾ ਫੌਜੀ ਸੀਗਾ ਉਹਨੂੰ ਸਤਿਕਾਰ ਕੀਤਾ ਗਿਆ ਇਹ ਸਾਡੇ ਆਪਣੇ ਸੀਗੇ ਜੀ ਚਲੋ ਉਹਨੂੰ ਮਤਲਬ ਜਿਸ ਤਰੀਕੇ ਨਾਲ ਗੁਰੂ ਸਾਹਿਬਾਨਾਂ ਦੇ ਨਾਂ ਲੈ ਰਿਹਾ ਜਿਸ ਤੱਕ ਤਰਲੇ ਲੈ ਰਿਹਾ ਕਿ ਮੈਨੂੰ ਮੇਰਾ ਗਾਟਾ ਲਾ ਦਿਓ ਮੈਨੂੰ ਮਾਰ ਦਿਓ ਮਰਦਾ ਹੋਇਆ ਬੰਦਾ ਵੀ ਕਿਤੇ ਉਹ ਕਹਿੰਦਾ ਵੀ ਮੈਨੂੰ ਮਾਫ਼ ਕਰ ਦਿਓ ਇੱਕੋ ਜਿਹੀ ਨੇ ਕਿਹਾ ਮੈਂ ਕੀਤਾ ਹੀ ਨਹੀਂ ਖੈਰ ਨਹੀਂ ਵੇ ਬਟੀ ਸਾਹਿਬ ਦੋ ਸਵਾਲ ਮੇਰੇ ਬੜੇ ਅਹਿਮ ਨੇ ਰਾਤ ਦੇ ਪ੍ਰੋਗਰਾਮ 'ਚ ਕਰਾਂਗੇ ਇੱਕ ਪਟਨਾ ਸਾਹਿਬ ਦੇ ਜਹਿਦਾਰ ਦੇ ਬਾਰੇ ਜਿਹੜੀ ਆ ਵੀਡੀਓ ਆ ਰਹੀ ਹੈ ਰਣਜੀਤ ਸਿੰਘ ਦੀ ਹਾਜ਼ਰੀ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਝਗੜਾ ਹਿੱਤ ਨੂੰ ਸਟੇਜ ਤੋਂ ਥੱਲੇ ਸੁੱਟਿਆ ਗਿਆ ਹੈ ਬੜੀ ਵਾਇਰਲ ਹੋ ਰਹੀ ਹੈ ਔਰ ਜੇ ਬਈ ਪ੍ਰਿੰਟਿੰਗ ਪ੍ਰੈਸ ਲਾਉਣ ਲਈ ਸ਼੍ਰੋਮਣੀ ਕਮੇਟੀ ਦਾ ਵਫਦ ਕਹਿੰਦੇ ਕੈਨੇਡਾ ਪਹੁੰਚਿਆ ਕੋਈ ਸਾਡਾ ਮਿੱਤਰ ਦੋਸਤ ਸੁਣ ਰਿਹਾ ਹੋਵੇ ਸਾਡੀ ਧੰਨ ਭਾਗ ਹੋਣਗੇ ਉਹਨਾਂ ਨਾਲ ਇਹ ਇੰਟਰਵਿਊ ਕਰਕੇ ਉਹਨਾਂ ਕੋਲ ਇਹ ਜਾਣ ਕੇ ਵੀ ਇਹ ਪ੍ਰਿੰਟਿੰਗ ਪ੍ਰੈਸ ਕਿੱਥੇ ਲਾਈ ਜਾ ਰਹੀ ਹੈ ਔਰ ਕਿਵੇਂ ਲਾਈ ਜਾ ਰਹੀ ਹੈ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ ਪਲੀਜ਼ ਉਹਨਾਂ ਦਾ ਨੰਬਰ ਸਾਨੂੰ ਕੋਈ ਭੇਜ ਸਕਦਾ ਹੋਵੇ ਅਤੇ ਧੰਨਵਾਦੀ ਹੋਵਾਂਗੇ ਅਤੇ ਤੁਹਾਡੇ ਤਾਂ ਧੰਨਵਾਦੀ ਹੈ ਹੀ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਰਾਤ ਨੂੰ ਮਿਲਦੇ ਹਾਂ ਰੱਬ ਰਾਖਾ ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ